go! ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ। ਮੇਰਾ ਨਾਮ ਅਮਾ ਹੁੰਦਲ। ਮੈਂ ਤੁਹਾਡਾ ਆਪਣਾ ਪ੍ਰਿੰਸ ਕਮਲਜੀਤ ਸਿੰਘ। ਪ੍ਰਿੰਸਾ ਪੰਮਾ ਕਿਵੇਂ ਬਣਿਆ, ਇਹ ਬਣਾਇਆ ਵਾਰਨਿੰਗ। ਤੋ ਸਭ ਤੋਂ ਪਹਿਲਾਂ ਦੱਸਦਾ, 19 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਜੀ ਵਾਰਨਿੰਗ, ਸਿਨੇਮਿਆਂ 'ਚ ਮਿਲਾਂਗੇ। ਸੋ ਅੱਜ ਜਿਹੜੀ ਗੱਲਬਾਤ ਹੈ ਉਹ ਦੱਸਾਂਗੇ ਵੀ ਐਕਚੁਅਲੀ ਵਾਰਨਿੰਗ ਸ਼ੁਰੂ ਕਿੱਥੋਂ ਹੋਈ, ਕਿਵੇਂ ਹੋਈ ਅਤੇ ਕਿਉਂ ਹੋਈ। ਮੈਨੂੰ ਯਾਦ ਹੈ ਇੱਕ ਦਿਨ ਮੈਂ ਇੱਕ ਸ਼ੂਟਿੰਗ ਕਰਦਾ ਸੀਗਾ, ਇੱਕ ਸੰਧੂ ਹੁੰਦਾ ਸੀ ਉਸ ਫਿਲਮ ਦੇ ਸੈੱਟ ਦੇ ਉੱਤੇ ਸੀਗੇ, ਵਿਨੋਦ ਬਾਈ ਸਾਰੇ ਜਣੇ ਅਸੀਂ ਇਕੱਠੇ ਹੁੰਦੇ ਸੀ ਉੱਥੇ। ਮੈਂ ਕਿਹਾ ਕੁਛ ਕੀਤਾ ਜਾਵੇ ਬਾਈ, ਵੀ ਸਾਰੇ ਜਣੇ ਅਸੀਂ ਵਿਹਲੇ ਫਿਰਦੇ, ਕੁਛ ਕਰ ਲਓ ਕਰ ਲਓ। ਅਤੇ ਵਿਨੋਦ ਬਾਈ ਕਹਿੰਦੇ ਵੀ ਚਲੋ ਚੱਲੀਏ, ਫਿਰ ਨਾਲ ਹਰਦੀਪ ਬਾਈ ਨੂੰ ਲਿਆ, ਗਿੱਪੀ ਬਾਈ ਜੀ ਕੋਲ ਆ ਗਏ ਅਤੇ ਮੈਂ ਵੈਨਿਟੀ ਮੈਨ 'ਚ ਬੈਠਾ ਅਤੇ ਮੇਰੇ ਕੋਲ ਪ੍ਰਿੰਸ ਕਮਲਜੀਤ ਆਇਆ ਅਤੇ ਮੈਂ ਉਹਦੇ ਨਾਲ ਗੱਲ ਕਰਨ ਲੱਗਿਆ। ਮੈਂ ਕਿਹਾ ਯਾਰ ਕੋਈ ਚੀਜ਼ ਡਿਫਰੈਂਟ ਕਰਨੀ ਚਾਹੀਦੀ ਆ, ਕੋਈ ਨਵੀਂ ਚੀਜ਼ ਹੋਵੇ, ਯੇ ਵੋ ਕਰੈਕਟਰ ਕੋਈ ਨਵਾਂ ਹੋਵੇ। ਗੱਲਾਂ ਚੱਲਦੀਆਂ ਚੱਲਦੀਆਂ ਦੇ ਵਿੱਚ ਉਹਦੀਆਂ ਨਾ ਫੋਟੋਆਂ ਦੇਖਣ ਲੱਗ ਗਿਆ, ਉਹਦੇ ਡਰਾਮਿਆਂ ਡਰੂਮਿਆਂ ਦੀਆਂ। ਮੈਨੂੰ ਵੈਸੇ ਗੰਦੀ ਆਦਤ ਆ ਵੀ ਮੈਂ ਕੋਈ ਨਾ ਕੋਈ ਫੋਟੋ ਕਰਾ ਕੇ ਅਤੇ ਉਹ ਰੱਖ ਲੈਂਦਾ ਹੁੰਦਾ ਵੀ ਕਿਤੇ ਪੋਸਟਰ ਬਣਾਵਾਂਗੇ, ਐਂ ਕਰਾਂਗੇ, ਐਂ ਕਰਾਂਗੇ, ਐਂ ਕਰਾਂਗੇ। ਵਿੱਚੋਂ ਇੱਕ ਫੋਟੋ ਨਿਕਲਿਆ ਜੀ ਉਹਦੀ, ਕਹਿੰਦਾ ਜੀ ਮੈਂ ਤਾਂ ਵੈਸੇ ਖਿਚਾਈ ਸੀ, ਉਹ ਅੰਬੈਸਡਰ ਕਾਰ ਦੇ ਨਾਲ ਬੈਠਾ ਸੀ ਥੱਲੇ, ਗਲਾਸ ਫੜੀ ਪੈ ਗਿਆ ਅਤੇ ਨਾਲ ਪਾਰਲੇ ਜੀ ਦੇ ਡਬੋਡਬੋ ਬਿਸਕੁਟ ਖਾਣ ਲੱਗਿਆ ਸੀ। ਕਹਿੰਦੇ ਕੌਣ ਹੈ? ਮੈਂ ਕਿਹਾ ਮੈਂ ਉੱਤਰੀ। ਵਗੈਰਾ ਤਾਂ ਕਰੈਕਟਰ ਬਹੁਤ ਵਧੀਆ ਵਾ। ਅੱਛਾ ਉਹ ਮੇਰੇ ਦਿਮਾਗ 'ਚ ਐਸਾ ਫਸਿਆ, ਮੈਂ ਉੱਤਰ ਕੇ ਗਿਆ ਵੈਨ 'ਚੋਂ ਆਪਦਾ ਸੀਨ ਦੇਣ ਦੇ ਲਈ, ਜਦ ਤੱਕ ਮੈਂ ਸੀਨ ਕਰਕੇ ਵਾਪਸ ਮੁੜਿਆ ਉਹ ਕਹਿੰਦੇ ਵੀ ਮੇਰੇ ਕੋਲ ਇੱਕ ਕਹਾਣੀ ਹੈ ਤੁਹਾਨੂੰ ਮੈਂ ਸੁਣਾਉਣਾ, ਆਹ ਥੋਟ ਹੈ। ਮੈਂ ਕਿਹਾ ਯਾਰ ਇੱਕ ਇੱਦਾਂ ਦਾ ਕਰੈਕਟਰ ਹੋਵੇ, ਆਹ ਚੀਜ਼ ਹੋਵੇ। ਉਸੇ ਹੀ ਵੇਲੇ ਮੈਂ ਅਮਰ ਨੂੰ ਫੋਨ ਮਾਰਿਆ ਕਿ ਅਮਰ ਆ ਜਾ, ਅਤੇ ਮੈਂ ਜਿੱਦਾਂ ਹੀ ਸੈੱਟ 'ਤੇ ਆਇਆ ਅਤੇ ਬਾਈ ਨੇ ਨਾ ਮੈਨੂੰ ਇੱਕ ਪੋਸਟਰ ਦਿਖਾਇਆ, ਉਹ 'ਚ ਪ੍ਰਿੰਸ ਬਾਈ ਬੈਠੇ ਹੋਏ ਆ ਅਤੇ ਉਹਨਾਂ ਦੇ ਹੱਥ 'ਚ ਗਲਾਸ ਆ, ਮਤਲਬ ਦਾਰੂ ਦਾ ਬਿਸਕੁਟ ਡਬੋਇਆ ਹੋਇਆ, ਅਤੇ ਕਹਿੰਦੇ ਕਿ ਅਮਰ 20 ਮਿੰਟ ਦੀ ਚੀਜ਼ ਲਿਖੀ ਆ, ਸੁਣ। ਸਾਰਿਆਂ ਨੇ ਸੁਣੀ, ਸਾਰੇ ਕਹਿੰਦੇ ਵੀ ਯਾਰ ਬੰਬ ਚੀਜ਼ ਆ। ਹੁਣ ਮੈਂ ਜਿੱਦਾਂ ਦੀ ਚੀਜ਼ ਬਣਾਉਣਾ ਚਾਹੁੰਦਾ ਸੀ ਅਤੇ ਉਹ ਉਹੀ ਚੀਜ਼ ਸੀ, ਮੈਂ ਜਿੱਦਣ ਸਟੋਰੀ ਸੁਣੀ ਮੈਨੂੰ ਲੱਗਦਾ ਕਿ ਯਾਰ ਮੈਂ ਬੈਸਟ ਬਣਾ ਦਿੱਤਾ। ਬਸ ਫਿਰ ਚੱਲ ਪਿਆ, ਅਗਲੇ ਦਿਨ ਤਾਂ ਅਮਰ ਵੀਰਾ ਸਾਡੇ ਕੋਲ ਉੱਥੇ ਪਹੁੰਚਿਆ ਹੋਇਆ ਸੀਗਾ ਸੰਧੂ ਦੇ ਸੈੱਟ 'ਤੇ। ਪ੍ਰਿੰਸ ਬਾਈ ਕਾਸਟ ਹੋਏ ਭਾਅ ਜੀ, ਆਹ ਨਾ ਹਰਾ ਜਿਹਾ ਰੰਗ ਮੈਨੂੰ ਘੈਂਟ ਲੱਗਦਾ, ਕੁੜਤਾ ਪਵਾਉਣਾ ਤੁਹਾਡੇ ਆਪਾਂ ਨੂੰ ਕਿਹਾ ਠੀਕ ਹੈ, ਆਪਾਂ ਐਂ ਕਰਨਾ, ਐਂ ਕਰਨਾ, ਐਂ ਕਰਨਾ, ਉਦੋਂ ਨੂੰ ਪੋਸਟਰ ਬਣ ਕੇ ਆ ਗਿਆ ਠੀਕ ਹੈ। ਪ੍ਰਿੰਸ ਬਾਈ ਨੇ ਬਹੁਤ ਮਿਹਨਤ ਕੀਤੀ, ਪ੍ਰਿੰਸ ਬਾਈ ਦਾ ਰੰਗ ਬਹੁਤ ਹੋਰਾ ਸੀ ਭਾਅ ਜੀ, ਆਪਾਂ ਸਾਬਣ ਸੁਬਣ ਨਾਲ ਮੂੰਹ ਨਾਲ ਧੋਈਏ, ਐਂ ਨਾ ਕਰੀਏ, ਜਿਹੜਾ ਹਰ ਬੰਦੇ ਦਾ ਆਪਦਾ ਹਿਸਾਬ ਹੁੰਦਾ, ਐਂ ਕਰ ਸਕਦੇ, ਐਂ ਕਰ ਸਕਦੇ। ਮੈਂ ਕਿਹਾ ਗੱਲ ਤਾਂ ਠੀਕ ਹੈ ਬਾਈ, ਮੈਨੂੰ ਕੋਈ ਚੱਕਰ ਨਹੀਂ, ਟੈਨਸ਼ਨ ਨਾ ਲੈ। ਮੈਨੂੰ ਇਹਨੇ ਕਿਹਾ ਕਿ ਜਦੋਂ ਬਾਈਕ ਲੈ, ਇੰਨੀ ਗਰਮੀ ਹੁੰਦੀ ਸੰਧੂ ਦੇ ਸ਼ੂਟ 'ਤੇ, ਬਾਈਕ ਲੈ ਕੇ ਨਿਕਲ ਜਾਂਦੇ, ਉਹਨਾਂ ਨੇ ਚੱਕਰ ਮਾਰ ਕੇ ਤਿੰਨ ਚਾਰ ਦਿਨ ਬਾਈਕ 'ਤੇ ਚੱਕਰ ਮਾਰੇ, ਫੁੱਲ ਮਤਲਬ ਫੁੱਲ ਰੰਗ ਟੈਨ ਕਰ। ਕਹਿੰਦਾ ਭਾਅ ਜੀ ਕਾਲੇ ਬਹੁਤ ਹੋ ਗਏ। ਮੈਂ ਕਿਹਾ ਵੀਰੇ ਮੈਂ ਕਾਲਾ ਜਾਣ ਕੇ ਹੀ ਹੋਇਆ। ਸਮਝੇ ਤੂੰ ਖੁਦ ਨੂੰ ਪਹਾੜੇ ਹੋਏ ਵੈਲੀਆ, 150 ਦੀ ਗੋਲੀ ਦੀ ਤੂੰ ਮਾਰੇ ਹੋਏ ਵੈਲੀਆ। ਸਾਡੇ ਹੁੰਦੇ ਦਬ ਕਾਜੇ ਪਾ ਗਿਆ। ਖਾਲੀ ਖੂੰਜਾ ਦਰਜਾ ਹੈਪੀ ਰਾਏ ਕੋਟੀ ਹੋਣੇ ਤੇਰਾ ਨੂੰ ਬੈਲੀ ਕਿਨੇ ਰੱਖਣਾ ਕੋਈ ਸਾਡੇ ਹੁੰਦੇ ਦਬ ਕਾ। ਉਹ
ਉਹ ਲੋਹੇ ਦੀਆਂ ਛਾਤੀਆਂ ਵੀ ਪਾੜਦਾ कैमरामैन थोड़े मनीष जी होंगे। मैं क्या ठीक है, ओके जी ठीक है जी ठीक है। सारा माहौल चल पाया। अमर कहता भाजी घेंट लगता माहौल। मैं क्या यार तुम ऐ करो यूट्यूब लिए बनाओ 20-22 मिनट का, भी आप देखते हैं यूट्यूब से की रिस्पोंस आ, भी ये आप वैब सीरीज वांगू ही बनानी है, कोई फिल्म का प्लैन नहीं। मैं कह रहा जो मैं उन्होंने कहना है कि उही ने जो डोडिया ने जिन्हों पहले डोडिया के फुल सोने लाते थे चक्की तो आप जिन्होंने कहते चिट्टे 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 तो लाते जाता मैं चिट्टा दोनों नशे अलग बहुत हैवी नशा चिट्टा वार्निंग का शूट शुरू हो गया। पहला दिन पहला सीन से फोन पर जो वार्निंग दिता जगह भाई जी बोलते हैं हुण मैनू करैक्टर की समझ दा होर माहौल सारा मेरे कुछ कु सवाल अंदर सीगे। पहला शॉट लिया मैं उठ के दवा दव मोनीटर दे कोले गया। मोनीटर दे कोले जदों मैं गया आपका शॉट देखण भी सही होया कि नहीं होया। मतलब शुरुआत च उन्होंने एक शॉट दिखाया सी भाई कहिंदा कि बस कहिंदा हुण मैं सारी फिल्म मोनीटर नहीं देखना कहिंदा कि हुण ऐ ही चलूगा काम। और मैं उदू बाद इन्नियां फिल्मां कर लईआं मैं मोनीटर नहीं देखिया। वह पहला ही शॉट देख के मेरी संतुष्टी होगी भी कैमरामैन घेंट है डायरैक्टर उदों भी घेंट है। चुप करके प्रिंसे की बजाए पम्मा बन के काम कर लग जा फिर स्वाद आऊगा ज्यादा सियाणा ना बन। हुण सारी फिल्म जिन्होंने मोनीटर नहीं देखा हुण फिल्म शूट की पहला एपीसोड ही शूट किया जो अं एडिट किया बाई नूं दिखाया तो गिम्मी बाई ने कहा कि बहुत सोहनी चीज़ बनी है। हैलो जग्गा बाई जी बोलते जी। हाँ बोल रहे हैं। हफ्ता ही थोड़े कोले बस हफ्ता तो मैं उ कहता मारता थोनू मैं दो तीन दिन च ही देना। पिस्तौल पिस्तौल है ते मगर थन फड़ने समझे तू खुद नू पहाड़े होए वेलिया 150 दी गोली दी तू मारे होए वेली। पहले दी कास्टिंग ते चीजां तां फटाफट ही हो गईयां भी अमर ने डायरैक्ट करना वा प्रिंस कमलजीत ने आ रोल करना वा हनी मेरे नाल हनी मट्टू जिने चांचे मारे सी ओ उत्थे ही सीगा सैट दे उत्ते ते मैनू लग्या मैं कहा यार ये बंदा मार सकदा मैं कहा यार ये बंदा लगदा नहीं गा भी मारूगा ते जदों ये मारू इंपैक्ट आऊगा। अमर वीरा धीरज वीरा मनीष जी सारी टीम डायरेक्शन टीम प्रोडक्शन टीम हौली हौली करके इकट्ठे होने शुरू हो गए और सारिया दे एक मैं लगता धीरे नूं छड्ड के धीरज नूं छड्ड के सारिया दे पहले प्रोजैक्ट सी इस किस्म दे वो पहला बतौर हीरो काम कर चुक्या सी। ओ सम
ਸਮਝ ਨਹੀਂ ਆਉਂਦੀ ਕਦ ਹੋਇਆ ਤੂੰ ਹੁਣ ਸ਼ੂਟ ਕਰਨੀ ਤੇ ਮੈਨੂੰ ਹੁਣ ਮੈਨੂੰ ਇੱਕ ਸੀਨ ਦਾ ਮੈਨੂੰ ਸੀਨ ਯਾਦ ਆ ਕਿ ਜਿਹੜਾ ਸ਼ੂਟ ਕੀਤਾ ਜਦੋਂ ਟ੍ਰੇਨ ਲੰਘ ਰਹੀ ਹੈ ਜਦੋਂ ਪਹਿਲੀ ਵਾਰ ਜੱਗੇ ਨੂੰ ਮਾਰਨਾ ਅਤੇ ਮੈਨੂੰ ਇਹ ਸੀ ਕਿ ਮੇਰੀ ਗੱਲ ਸੀ ਉਹ ਟ੍ਰੇਨ ਲੰਘਦੀ ਹੋਵੇ ਅਤੇ ਉੱਥੇ ਹੀ ਸ਼ੂਟ ਕਰੀਏ ਲਾਈਵ ਅਤੇ ਅਸੀਂ ਜਦੋਂ ਇੱਥੇ ਸ਼ੂਟ ਕਰਨਾ ਸੀ ਅਤੇ ਪੂਰੇ ਅਸੀਂ ਪਲੈਨ ਜਦੋਂ ਬਣਾਇਆ ਤਾਂ ਪੂਰੇ ਦਿਨ 'ਚ ਇੱਕ ਵਾਰ ਟ੍ਰੇਨ ਲੰਘਣੀ ਸੀ ਦੂਜੀ ਵਾਰ ਟ੍ਰੇਨ ਹੀ ਲੰਘਣੀ ਅਤੇ ਉਹ ਸ਼ੂਟ ਕਰਨਾ ਨੈਚੁਰਲੀ ਅਤੇ ਅਸੀਂ ਇੱਕੋ ਹੀ ਦਿਨ ਸ਼ੂਟ ਕਰ ਸਕਦੇ ਹਾਂ ਕਿ ਆਪਣਾ ਕੁਛ ਜਿੱਦਾਂ ਦਾ ਬਜਟ ਸੀ ਜੇ ਚੀਜ਼ਾਂ ਸੀ ਪਰ ਸਾਰੇ ਕਹਿੰਦੇ ਕਿ ਆਪਾਂ ਰਿਸਕ ਕੰਮ ਆ ਜੇ ਨਾ ਹੋਇਆ ਫਿਰ ਮੈਂ ਕੋਈ ਚੱਕਰ ਨਹੀਂ ਦੇਖੀ ਜਾਊਗੀ ਜੇ ਹੋਊਗਾ ਠੀਕ ਹੈ ਨਹੀਂ ਤਾਂ ਫਿਰ ਬਾਬੇ ਦਾ ਅਸੀਂ ਬਾਬੇ ਦਾ ਨਾਂ ਲੈ ਕੇ ਬਈ ਚੱਲ ਗਏ ਅਸੀਂ ਜਿੱਦਾਂ ਉਹ ਸ਼ੂਟ ਕਰਨਾ ਸੀ ਇੱਕ ਦਿਨ 'ਚ ਹੀ ਟ੍ਰੇਨ ਲੰਘਣੀ ਪੂਰਾ ਐਡਜਸਟਮੈਂਟ ਕੀਤੀ ਮਨੀਸ਼ ਭਾਅ ਜੀ ਨੇ ਉਹਨੂੰ ਇਸ ਤਰੀਕੇ ਨਾਲ ਫਿਲਮਾਇਆ ਸੀਨ ਨੂੰ ਬਹੁਤ ਵਧੀਆ ਕਿ ਮਤਲਬ ਮਨੀਸ਼ ਭਾਅ ਜੀ ਦੀ ਵੀ ਬਹੁਤ ਜ਼ਿਆਦਾ ਇਨਪੁੱਟ ਸੀ ਫਿਲਮ ਦੇ ਵਿੱਚ ਛੋਟੀ ਛੋਟੀਆਂ ਚੀਜ਼ਾਂ ਅਤੇ ਉਹ ਚੀਜ਼ਾਂ ਦੇ ਮੈਨੂੰ ਬੜੇ ਲੋਕਾਂ ਨੇ ਫੋਨ ਕਰ ਕਰਕੇ ਆਪਦੇ ਦੁੱਖ ਪ੍ਰਗਟ ਕੀਤੇ ਯਾਰ ਪੰਮਾ ਕਾਹਨੂੰ ਮਾਰਤਾ ਤੁਸੀਂ ਪੰਮਾ ਨਹੀਂ ਸੀ ਮਾਰਨਾ ਉਹ ਮੈਂ ਕਿਹਾ ਯਾਰ ਅਸੀਂ ਅੱਗੇ ਵੀ ਲਿਖਿਆ ਹੋਇਆ ਵਾ ਵੀ ਹਲੇ ਤੁਸੀਂ ਅੱਗੇ ਆਊਗਾ ਜਦੋਂ ਮੈਨੂੰ ਪੜ੍ਹਨ ਨੂੰ ਮਿਲੇ ਵੀ ਪੰਮਾ ਮਾਰ ਗਿਆ ਪੰਮਾ ਜਿਉਂਦਾ ਕਰਵਾਇਆ ਕਰੋ ਫਿਰ ਫੋਨ ਬਾਈ ਕਹਿੰਦੇ ਵੀ ਬਈ ਪੰਮਾ ਦੁਬਾਰਾ ਜਿਉਂਦਾ ਕਰਦੇ ਹਾਂ ਆਪਾਂ ਪੰਮਾ ਫਿਰ ਜਿਉਂਦਾ ਹੋ ਗਿਆ ਸੋ ਵਾਰਨਿੰਗ ਦਾ ਜੀ ਪਹਿਲਾ ਐਪੀਸੋਡ ਜਦੋਂ ਰਿਲੀਜ਼ ਹੋਇਆ ਤਾਂ ਉਸ ਤੋਂ ਬਾਅਦ ਸਾਨੂੰ ਤਾਂ ਲੋਕਾਂ ਨੇ ਜਾਨ ਖਾਲੀ ਕਹਿੰਦੇ ਫਟਾਫਟ ਦੂਜਾ ਕਦੋਂ ਆ ਰਿਹਾ ਜੀ ਦੂਜਾ ਕਦੋਂ ਆ ਰਿਹਾ ਅਸੀਂ ਹਲੇ ਦੂਜਾ ਲਿਖਿਆ ਵੀ ਨਹੀਂ ਸੀ ਅਤੇ ਵੀਰੇ ਨਾਲ ਮੇਰੀ ਫੋਨ 'ਤੇ ਗੱਲ ਹੋਈ ਅਤੇ ਮੈਂ ਕਿਹਾ ਵੀਰੇ ਵੀ ਮਿਲਣਾ ਸੀ ਵੀਰਾ ਕਹਿੰਦਾ ਕਿ ਆ ਜਾਓ ਆਫਿਸ ਮੈਨੂੰ ਯਾਦ ਆ ਦੂਜਾ ਵੀ ਬਹੁਤ ਕਾਹਲੀ ਕਾਹਲੀ 'ਚ ਲਿਖਿਆ ਫਟਾਫਟ ਲਿਖਿਆ ਅਤੇ ਅਸੀਂ ਸੋਚਿਆ ਵੀ ਯਾਰ ਦੂਜੇ ਨੂੰ ਹੁਣ ਜਦੋਂ ਬਣਾਉਣਾ ਇਹ ਕਿਸ ਤਰੀਕੇ ਦਾ ਲਿਖਿਆ ਜਾਵੇ ਕੌਣ ਕਾਸਟ ਕੀਤਾ ਜਾਵੇ ਉੱਧਰ ਹੀ ਧੀਰਜ ਬਾਈ ਐਂਟਰ ਹੋਏ ਕਾਸਟਿੰਗ ਚੱਲ ਰਹੀ ਸੀ ਵਾਰਨਿੰਗ ਦੀ ਅਤੇ ਲਗਭਗ ਸਾਰੇ ਕਰੈਕਟਰ ਕਾਸਟ ਹੋ ਚੁੱਕੇ ਸੀ ਸਿਰਫ ਇੱਕ ਕਰੈਕਟਰ ਬਚਿਆ ਸੀ ਉਹ ਸੀ ਛਿੰਦਾ ਸੈਕਿੰਡ ਵਾਲੇ ਵੇਲੇ ਸਾਨੂੰ ਪ੍ਰੋਬਲਮ ਆਈ ਕਿਉਂਕਿ ਜਿਹੜਾ ਕਰੈਕਟਰ ਸੀ ਛਿੰਦਾ ਜਦੋਂ ਉਹਦੀ ਕਾਸਟਿੰਗ ਕਰਨੀ ਸੀ ਅਸੀਂ ਬੜੇ ਕਨਫਿਊਜ਼ ਕਿ ਯਾਰ ਕਿਹਨੂੰ ਕਾਸਟ ਕੀਤਾ ਜਾਵੇ ਕਦੇ ਕਿਸੇ ਬਾਰੇ ਸੋਚੀਏ ਕਦੇ ਕਿਸੇ ਬਾਰੇ ਸੋਚੀਏ ਬਹਿਸ ਵਸਈਆ ਹੋਇਆ ਬੜਾ ਕੁਛ ਇੱਕ ਦੋ ਆਰਟਿਸਟਾਂ ਨੂੰ ਅਪਰੋਚ ਕੀਤਾ ਉਹ ਆਰਟਿਸਟ ਕਹਿੰਦੇ ਵੀ ਇੱਕ ਆਰਟਿਸਟ ਨੇ ਸਾਨੂੰ ਕਿਹਾ ਕਹਿੰਦਾ ਨਹੀਂ ਯਾਰ ਕਹਿੰਦਾ ਵੀ ਮੈਂ ਵੈਬ ਸੀਰੀ ਨਹੀਂ ਕਰਨੀ ਮੈਂ ਕਹਿੰਦਾ ਇਹ ਵੈਬ ਸੀਰੀ ਵਾਲਾ ਕੰਮ ਨਹੀਂ ਕਰਨਾ ਅੱਛਾ ਮੈਨੂੰ ਬੜਾ ਐਂ ਲੱਗਿਆ ਮੈਂ ਕਿਹਾ ਯਾਰ ਆਰਟਿਸਟ ਇੱਦਾਂ ਕਿਵੇਂ ਕਹਿ ਸਕਦਾ ਵੈਬ ਸੀਰੀ ਟੀ ਵੀ ਮੈਨੂੰ ਕੋਈ ਕਹੇ ਵੈਬ ਸੀਰੀ ਕਰਨੀ ਆ ਮੈਂ ਮਿੰਟ ਕੀ ਕਰਨਾ ਮੈਨੂੰ ਕੋਈ ਵਧੀਆ ਮੈਨੂੰ ਕੋਈ ਕਹੇ ਟੀ ਵੀ ਕਰਨਾ ਵਧੀਆ ਹੋਊ ਮੈਂ ਟੀ ਵੀ ਕਰੂੰ ਮਤਲਬ ਕੋਈ ਵੀ ਚੀਜ਼ ਹੈ ਐਕਟਰ ਦਾ ਧਰਮ ਹੈ ਐਕਟਿੰਗ ਕਰਨੀ ਉਹ ਕਿਸੇ ਵੀ ਫੋਰਮੈਟ 'ਤੇ ਹੋ ਸਕਦੀ ਆ ਅਤੇ ਕਰਦੇ ਕਰਾਉਂਦੇ ਜੀ ਧੀਰਜ ਦਾ ਨਾਂ ਆ ਗਿਆ ਅਤੇ ਧੀਰਜ ਬਾਈ ਸਾਹਮਣੇ ਬੈਠੇ ਹੋਏ ਸੀ ਅਤੇ ਗਿੱਪੀ ਬਾਈ ਨੇ ਮੈਨੂੰ ਇਸ਼ਾਰਾ ਕੀਤਾ ਕਿ ਮੈਂ ਕਿਹਾ ਸਹੀ ਆ ਤਾਂ ਗਿੱਪੀ ਵੀਰੇ ਨੇ ਮੇਰੇ ਵੱਲ ਦੇਖਿਆ ਕਹਿੰਦੇ ਕਿ ਇੱਕ ਅਸੀਂ ਵੈਬ ਸੀਰੀਜ਼ ਬਣਾ ਰਹੇ ਹਾਂ ਤੂੰ ਕਰੈਕਟਰ ਕਰੇਗਾ ਸਟੋਰੀ ਸੁਣ ਲਾ ਮੈਂ ਕਿਹਾ ਜੀ ਕੋਈ ਨਾ ਸਟੋਰੀ ਸੁਣ ਲੈਂਦੇ ਹਾਂ ਜਦੋਂ ਸਟੋਰੀ ਸੁਣਾ ਰਿਹਾ ਸੀ ਤਾਂ ਮੈਨੂੰ ਸੀ ਕਿ ਕੋਈ ਮਤਲਬ ਇੰਨਾ ਸਟਰੋਂਗ ਕਰੈਕਟਰ ਥੋੜ੍ਹਾ ਜਿਹਾ ਨੈਗੇਟਿਵ ਸ਼ੇਡ ਔਰ ਪੂਰਾ ਬਰੂਟਲ ਜਿਹਾ ਹੋਏ ਤਾਂ ਉਹ ਮੇਰਾ ਇੱਕ ਡ੍ਰੀਮ ਸੀ ਕਿ ਉੱਦਾਂ ਦਾ ਕਰੈਕਟਰ ਜਦੋਂ ਸਟੋਰੀ ਸੁਣੀ ਤਾਂ ਮੈਨੂੰ ਉਹ ਕਰੈਕਟਰ ਬਹੁਤ ਮਤਲਬ ਉੱਦਾਂ ਦਾ ਲੱਗਿਆ ਜਿੱਦਾਂ ਦਾ ਮੈਂ ਕਰਨਾ ਚਾਹੁੰਦਾ ਸੀ ਮਤਲਬ ਐਡਾ ਤਕੜਾ ਕਰੈਕਟਰ ਆ ਫਸਟ ਐਪੀਸੋਡ ਇੰਨਾ ਹਿੱਟ ਗਿਆ ਵਾ ਬਾਈ ਦੀ ਲੁੱਕ ਸੋਫਟ ਆ ਜੀ ਸੋਫਟ ਬਣਾਇਆ ਫੇਰ ਅਤੇ ਹੁਣ ਜਦੋਂ ਆਪਾਂ ਕਹਿੰਦੇ ਨੂੰ ਕਈ ਜਣਿਆਂ ਦੀ ਗੱਲਾਂ ਸਾਰੇ ਜਣੇ ਗੱਲਾਂ ਕਰਨ ਲੱਗ ਪੈਣ ਤੁਹਾਡੇ ਮਨ 'ਚ ਆ ਜਾਂਦੀ ਹੁੰਦੀ ਹੈ ਅਤੇ ਮੈਂ ਬਾਈ ਨਾਲ ਡਿਸਕਸ ਕੀਤੀ ਅੱਛਾ ਅਮਰ ਕਹਿੰਦਾ ਵੀ ਮੈਂ ਬਹੁਤ ਸੈਟਿੰਗਾਂ ਕੀਤੀਆਂ ਜੀ ਕਹਿੰਦਾ ਭਾਅ ਜੀ ਵੀ ਲੁੱਕ ਬੜੀ ਘੈਂਟ ਆਉਂਦੀ ਆ ਆਪਾਂ ਇੱਕ ਵਾਰੀ ਟੈਸਟ ਕਰਕੇ ਦੇਖੀਏ ਮੈਂ ਕਿਹਾ ਰੈਂ ਟੈਸਟ ਕਰਕੇ ਕਿ ਆਪਾਂ ਚੰਗੇ ਲੱਗਦੇ ਹਾਂ ਟੈਸਟ ਕਰਨਾ ਤੈਨੂੰ ਕੌਨਫੀਡੈਂਸ ਆ ਤੂੰ ਡਾਇਰੈਕਟਰ ਆ ਮੈਂ ਕਿਹਾ ਹਾਂ ਮੈਨੂੰ ਲੱਗਦਾ ਕਿ ਮੈਂ ਕਰਾਂ ਕਹਿੰਦਾ ਬਸ ਫਿਰ ਠੀਕ ਆ ਕਿ ਲਓ ਬਾਬੇ ਦਾ ਨਾਮ ਚੱਕ ਦੇ ਫਿਰ ਉਸ ਦਿਨ ਉੱਥੇ ਹੋਣਾ ਮੇਰਾ ਇੱਕ ਕੁਦਰਤ ਹੁੰਦੀ ਆ ਜੋ ਤੁਹਾਨੂੰ ਉੱਥੇ ਲੈ ਕੇ ਜਾਂਦੀ ਹੈ ਤਾਂ ਉਹ ਸਭ ਮਤਲਬ ਉਸ ਕੁਦਰਤ ਨੇ ਲਿਖਿਆ ਹੋਇਆ ਸੀ ਉਹ ਕਿਰਦਾਰ ਮੇਰੀ ਚੋਲੀ ਚੌਰ ਉਸ ਤੋਂ ਬਾਅਦ ਫਿਰ ਕਿੰਨਾ ਕੁਛ ਮਤਲਬ ਉਸ ਕਿਰਦਾਰ ਨੇ ਮੈਨੂੰ ਦਿੱਤਾ ਕਿੰਨਾ ਕੁਛ ਉਹ ਅੱਜ ਤੋਂ ਦੇ ਸਾਹਮਣੇ ਹੈ
खून मारदा ओ बंदा भाड़ा नहीं बचारदा जिनू चस्का होवे भाई धार धारदा ओह लोहे दियां छातियां भी पारदा हुंदे ने पहाड़ जी दे हौसले ओ तां वगदे। तो वार्निंग साडा ओह बच्चा निकलिया जी। कई बार आपां सोच लैंदे आं, पहले ही सोच लैंदे आं आपां इहनू डीसी बनाउणा, आपां इहनू डाक्टर बनाउणा, असीं सोच लिया भी असीं वैब सीरीज बनाउणी। ओह बच्चा जदों पैदा होया, जदों निकलिया, उन्हें आपका करियर फड़िया, वह कहना मैं वैब सीरीज नहीं, मैं फिल्म। सो उन्हें आपके हक नाल लड़के फिल्म बन के वह निकलिया। जी मैं आशीष दुग्गल वार्निंग की शूटिंग कर रहे हैं जी। जरूर वेखना एक डिफरेंट अलग वधिया सिनेमा तुम देखने मिलेगा, तुम इंजॉय करोगे क्योंकि असं खुद काम करते बड़ा इंजॉय कर रहे हैं तो बड़ा मज़ा आ रहा है। सारे एक्टर बहुत वधिया, कॉन्सैप्ट इज़ वेरी गुड। तो बाकी प्रोडक्शन हाउस तुम्हें पता है अंबर मोशन पिक्चर बड़ा प्रोडक्शन हाउस है, चंगा ही काम होगा। तो अगर देखो मैं थोड़ा अपना निमाणा जहा कलाकार राणा जंग बहादुर, अज मैं अंबल मोशन पिक्चर की बन रही है वार्निंग सैट से बैठा, ये पहले दिन मैं शूटिंग कर रहा, बहुत अच्छा काम हो रहा है, बहुत अच्छा लग रहा सैट के उत्ते, बहुत अच्छा मज़ा आ रहा। जिस तरह बाकी पंजाब दे विच अच्छे काम हो रहे हैं, अच्छे सीरियल बन रही ने, अच्छी फिल्म बन रही ने, तुसी देखोगे तुहानू बहुत आनंद आएगा। लिखण तो बाद सारे रोल लिखे गए ते विच एक रोल लिखा गया गेजे दा। ते जदों सारियां चीज़ां हो गईयां और मैं तां रोल रैंडम लिखिया सी, ते मैनू अमर आके कहिंदा वी भाजी तुसी करो इह रोल, मैनू लगदा कि इह करैक्टर थोड़े तो बहुत सूट करूँगा। बाई कहते यार नैगेटिव करैक्टर ना बड़ा ही कहना, वो कहना जी तुम तो यही गल कहने होंगे हो भी एक्टर का धर्म है एक्टिंग करनी, भी फिर नैगेटिव की तो पॉजिटिव की। तो मैं कोई चक्कर नहीं, वधिया लगूगा बई। मैं यार गल तो ठीक है, जिन्हें करना वा जो कोई होर भी करूँगा वो कड़ा असल आप नैगेटिव बंदा लभ के लियावे भी यह मर्डर करता फिरदा जो इन्हें कोई पुठे काम किए ने, वो बंदा तो एक्टर ही है। मैं क्या जी मैं करना बई, लुक अपन आ चाहिए आ रोल दे इन्नी ज़्यादा एफर्ट की गई, मतलब मैं सच्ची ये कहना, ये नहीं कहा कि अमर साडा घर का मुंडा जां साडी अपनी फिल्म है, अज तक मेरे रोल पर इन्नी एफर्ट नहीं की गई कि मतलब वो छोटे छोटे वाल होने जिदा की मैं लुक सोची है कि छोटे वाल होना तो इदा ये आ चीज़ लुक चाहिए, जबकि मेरा रोल उड़ा बड़ा रोल नहीं सीगा, जिड्डी मेरी लेंथ सी उहदे ते उन्ना ही पावरफुल इंपैक्ट नाल उहनू प्रजेंट किया गया, आ लुक बनाई गई। मतलब मैं ये बाई दी प्रेज करदा कि पूरे मेरे उदों मेरे बड़े लंबे लंबे वाल सीगे, बड़े बड़े वाल सी बाई ने अगले दिन ही ऑलमोस्ट मेरी टेंट कढ़ाती गई, मैनू फोटो भेजती डेढ़े वाल करा के, फिर असीं उहनां दे किन्ने दिन मतलब उन्हों की कोस्ट्यूम तो कोस्ट्यूम किदा की होगी तुम देखोगे, तो आ कन्ना कुन्ना च पाया उन्होंने छोटे छोटे पिछले ब्लेड भी लाए आ, छोटी हर एक चीज़ के डिटेलिंग काम किया, अड़क बढ़ टुक की मेरी कि कट कितें हो चीज़ हो सो सारिया चीज़ा डिजाइन की गई और जो डेफिनेटली स्क्रीन उत्ते बहुत सोहनिया लगनगियाँ। एक लास्ट करैक्टर आ उत्थे फिल्म बंद होनी है तो ऊ भी फिल्म च बड़ा औखा सी, मैं लंगड़ा के तुरदा वा, लत्त की भी प्रॉब्लम आ फिल्म के किन्ना का इंपैक्ट होना चाहिए कि अं सू पता कि टू तो छड़ रहे हैं सैकेंड तो फिल्म छड़ रहे हैं तो उस करैक्टर का इन्ना क ज़्यादा इंपैक्ट होना चाहिए कि लोग कह कि हाँ यार तू देखनी देखनी है। हूँ जो तुम फिल्म देखोगे तो थोनू मैं थोड़ा इन्नी गरंटी देना कि तुम सैकेंड वास्ते मजबूर होवोगे कि हाँ यार हम सैकेंड पार्ट छेती छेती बना के सामने दो। सो पहला एक ऐसा प्रोजेक्ट सीगा
जिदी सानू सब तो जो छोटा प्रोजेक्ट से अंबल का और जिदी सब तो वध एप्रीसीएशन मिली। एक चीज़ मैं होर कहना, हो सकता हाले हाले फिल्म सेंसर नहीं हुई जिस दिन असी ये बैठ के इंटरव्यू कर रहे हैं, हो सकता फिल्म नू ए सर्टिफिकेट हो यूए हो जड़ा भी हो। बस ये कि थोड़ी बहुत कट वड हैगी है, पर इस तो ज़्यादा कुछ नहीं। थोड़ा फिल्म तुसी फैमिली नाल देख सकते हो तो थोड़ू ए लगे कि यार ये सानू की दिखाता पंजाबी च। नो, हिंदी सिनेमे के अकॉर्डिंग जां हॉलीवुड जिहड़ा तुसी देखते हो जां हिंदी जिहड़ा देखते हो उहदे मुताबिक ये 0% यह जी चीज़ा ने। तो बिल्कुल भी कोई वलगर चीज़ नहीं हैगी ना वलगर गल हैगी। जिहड़ियां चीज़ा यूज़ की गई हुई वह हेल्पिंग वर्ब वांगू उत्थे यूज़ की गई जिथे बहुत रिक्वायर्ड थी, पर थोड़ा वह कन्ना चुभनगियां नहीं। आम जो चीज़ा आप देखते हैं तो वह नजायज़ ही गाला, नजायज़ ही गंद, वलगैरिटी या कोई विजुअल यह जहाँ नहीं है कि जोड़ा कोई बड़ा निगेज वाला कोई विजुअल हो। सो इस तरह की कोई गल नहीं, तुम देख सकते हो एन खुले दिल ना जाके बिना टेंशन तो। ये मेरा प्रोमिस है तुहानू घेंट फिल्म बनी और थोड़ा घेंट लगेगी। रेडी हो जाओ तो मैं उम्मीद है कि थोड़ा फिल्म बहुत पसंद आऊगी। एक चंगी फिल्म बनाने वास्ते मैनू ये लगता है कि थोड़ी टीम बहुत मैटर करती है, तो ये मतलब मैं फिल्म एक टीम ने बनाई है। मतलब जे मेरा नाम डायरेक्टर जा रहा है फिल्म, यह मतलब ये नहीं कि फिल्म मैं बनाई है। हर एक बंद ने अपना 100% दिता, तो सारे के 100% नाल ही वॉर्निंग बनी है। सो मिलते हैं जी 19 नवंबर नूं वार्निंग दे नाल सिनेमिया दे विच फट्टे चक्क देंगे।